ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਜਸਕਿਰਨਦੀਪ ਕੌਰ, ਮੈਂਬਰ ਸਟੇਟ ਕੋਵਿਡ ਕੰਟਰੋਲ ਰੂਮ। ਅੱਜ 147ਵੇਂ ਦਿਨ ਆਪ ਜੀ ਨਾਲ ਕੋਰੋਨਾ ਸੰਬੰਧੀ ਜਾਣਕਾਰੀ ਲੈ ਕੇ ਹਾਜ਼ਰ ਹੋਈ ਹਾਂ। ਜੇਕਰ ਕੋਰੋਨਾ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਵਿਸ਼ਵ ਭਰ ਵਿੱਚ ਕੋਰੋਨਾ ਵਾਇਰਸ ਨਾਲ ਤਕਰੀਬਨ 2,16,40,000 ਲੋਕ ਪ੍ਰਭਾਵਿਤ ਹੋਏ ਹਨ। ਹੁਣ ਤੱਕ 7,69,482 ਲੋਕਾਂ ਦੀ ਮੌਤ ਹੋਈ ਹੈ। 1,43,50,440 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ। ਭਾਰਤ ਵਿੱਚ ਤਕਰੀਬਨ 25,94,000 ਪੋਜ਼ਿਟਿਵ ਕੇਸ ਹਨ। ਅੱਜ ਤੱਕ ਇਸ ਬਿਮਾਰੀ ਨਾਲ ਇਸ ਸਮੇਂ 6,74,500 ਵਿਅਕਤੀ ਐਕਟਿਵ ਕੇਸ ਵਜੋਂ ਹਨ। 49,980 ਵਿਅਕਤੀਆਂ ਨੇ ਆਪਣੀ ਜਾਨ ਇਸ ਬਿਮਾਰੀ ਨੂੰ ਗੁਆਈ ਹੈ ਅਤੇ 18,62,260 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ। ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਵਧਦੀ ਮਹਾਂਮਾਰੀ ਨੂੰ ਰੋਕਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਮੱਦੇਨਜ਼ਰ ਟੈਸਟਿੰਗ ਵਧਾਉਣ ਲਈ ਯਤਨਬੰਦ ਹੁੰਦਿਆਂ ਹੋਇਆਂ ਇਸ ਪ੍ਰਕਿਰਿਆ ਦੇ ਤਹਿਤ ਹੁਣ ਤੱਕ 7,70,863 ਸੈਂਪਲ ਲੈਬ ਨੂੰ ਭੇਜੇ ਗਏ, ਜਿਨ੍ਹਾਂ ਵਿੱਚੋਂ 31,206 ਸੈਂਪਲ ਪੋਜ਼ਿਟਿਵ ਪਾਏ ਗਏ ਹਨ, ਜੋ ਕਿ ਕੱਲ੍ਹ ਨਾਲੋਂ 1,165 ਵੱਧ ਹਨ। 19,431 ਲੋਕਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ। 812 ਲੋਕਾਂ ਦੀ ਮੌਤ ਹੋਈ ਹੈ ਅਤੇ ਇਸ ਸਮੇਂ 10,963 ਲੋਕ ਐਕਟਿਵ ਕੇਸ ਵਜੋਂ ਹਨ। ਜੇਕਰ ਸਾਡੇ ਇਰਦ ਗਿਰਦ ਜਿਵੇਂ ਕਿ ਸਾਡੇ ਘਰ ਜਾਂ ਦਫ਼ਤਰ ਦੇ ਵਿੱਚ ਕੋਈ ਵੀ ਵਿਅਕਤੀ ਕੋਵਿਡ ਪੋਜ਼ਿਟਿਵ ਹੋ ਜਾਂਦਾ ਹੈ ਤਾਂ ਸਾਨੂੰ ਡਰ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਕੋਵਿਡ ਮਹਾਂਮਾਰੀ ਵਿੱਚ ਦੋ ਤਰ੍ਹਾਂ ਦੇ ਕੰਟੈਕਟ ਕੇਸ ਸਾਹਮਣੇ ਆ ਰਹੇ ਹਨ, ਜਿਵੇਂ ਕਿ ਇੱਕ ਹਨ ਹਾਈ ਰਿਸਕ ਅਤੇ ਦੂਸਰੇ ਹਨ ਲੋਅ ਰਿਸਕ। ਹਾਈ ਰਿਸਕ ਕੇਸ ਉਹ ਹਨ ਜਿਹੜੇ ਕੋਵਿਡ ਪੋਜ਼ਿਟਿਵ ਵਿਅਕਤੀ ਦਾ ਜਾਣੇ ਜਾਣੇ ਵਿੱਚ ਸਾਹ ਥੁੱਕ, ਉਲਟੀ, ਖੂਨ, ਪਿਸ਼ਾਬ ਦੇ ਸੰਪਰਕ ਵਿੱਚ ਆਏ ਹੋਣ ਜਾਂ ਸਿੱਧੇ ਤੌਰ 'ਤੇ ਬਿਨਾਂ ਪਰਹੇਜ਼ ਤੋਂ ਸਰੀਰਕ ਸੰਪਰਕ ਵਿੱਚ ਆਏ ਹੋਣ ਅਤੇ ਉਹਨਾਂ ਵੱਲੋਂ ਕੋਵਿਡ ਪੋਜ਼ਿਟਿਵ ਮਰੀਜ਼ ਦੇ ਕੱਪੜੇ, ਬਿਸਤਰਾ ਆਦਿ ਸਾਂਝੇ ਤੌਰ 'ਤੇ ਵਰਤੇ ਗਏ ਹੋਣ ਜਾਂ ਕਿਸੇ ਯਾਤਰਾ ਦੇ ਦੌਰਾਨ ਇਕੱਠੇ ਸਫ਼ਰ ਕੀਤਾ ਹੋਵੇ। ਕੋਵਿਡ ਪੋਜ਼ਿਟਿਵ ਆਉਣ 'ਤੇ ਸਾਂਝੀ ਜਗ੍ਹਾ ਵਿੱਚ ਜਿਵੇਂ ਕਿ ਘਰ, ਦਫ਼ਤਰ ਅਤੇ ਹੋਰ ਜਗ੍ਹਾ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਨਾ ਯਕੀਨੀ ਬਣਾਓ। ਸੰਪਰਕ ਵਿੱਚ ਆਏ ਹੋਏ ਵਿਅਕਤੀਆਂ ਨੂੰ ਆਪਣੇ ਆਪ ਨੂੰ ਘਰ ਜਾਂ ਹਸਪਤਾਲ ਵਿੱਚ ਇਕਾਂਤਵਾਸ ਅਧੀਨ ਕਰ ਲੈਣਾ ਚਾਹੀਦਾ ਹੈ। ਕੋਈ ਵੀ ਲੱਛਣ ਆਉਣ 'ਤੇ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ। ਲੱਛਣ ਰਹਿਤ ਜਾਂ ਲੋਅ ਰਿਸਕ ਵਿਅਕਤੀਆਂ ਨੂੰ 5 ਤੋਂ 14 ਦਿਨ ਟੈਸਟ ਦੇ ਵਿੱਚ ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਕਾਂਤਵਾਸ ਦੌਰਾਨ ਬੁਖਾਰ ਅਤੇ ਆਕਸੀਜਨ ਸੈਚੂਰੇਸ਼ਨ ਦਿਨ ਵਿੱਚ 3 ਵਾਰ ਦੇਖਣੀ ਯਕੀਨੀ ਬਣਾਓ। ਡਾਕਟਰੀ ਸਲਾਹ ਮੰਨਦੇ ਰਹੋ, ਸਰਕਾਰ ਵੱਲੋਂ ਯਾਰੀ ਹਦਾਇਤਾਂ ਦੀ ਪਾਲਣਾ ਕਰਦੇ ਰਹੋ। ਇਹ ਛੋਟੇ ਛੋਟੇ ਯਤਨ ਅਤੇ ਆਪਣੇ ਵਿਵਹਾਰ ਵਿੱਚ ਤਬਦੀਲੀ ਨਾਲ ਅਸੀਂ ਆਪਣਾ ਅਤੇ ਆਪਣਿਆਂ ਦਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਕਰ ਸਕਦੇ ਹਾਂ ਅਤੇ ਇਸ 'ਤੇ ਮਾਤ ਪਾ ਸਕਦੇ ਹਨ। ਮਿਸ਼ਨ ਫਤਿਹ ਨੂੰ ਸਪੋਰਟ ਕਰੋ। ਧੰਨਵਾਦ।